ਅੱਜ ਦਿਨ ਫ੍ਰੀ ਹੈਗਾ ਆ ਸਾਡਾ ਪਲਾਨ ਦਾ ਸੀਗਾ ਸਵੇਰੇ ਸੁੱਤੇ ਉੱਠਾਂਗੇ ਤਾਂ ਲੋਕਲ ਮਾਰਕੀਟ ਘੁੰਮ ਕੇ ਆਵਾਂਗੇ ਪਰ ਕੋਈ ਵੀ ਸੁੱਤਾ ਨਹੀਂ ਉੱਠਿਆ ਰਮਨ ਉੱਠ ਗਈ ਸੀ ਅਰਲੀ ਪਰ ਅਸੀਂ ਸਾਰੇ ਆਈ ਥਿੰਕ 2 ਵਜੇ ਉੱਠੇ ਹੈਗੇ ਹਾਂ ਸੋ ਅੱਜ ਵੀ ਅਸੀਂ ਹੋਟਲ ਦੇ ਵਿੱਚ ਹੀ ਰਵਾਂਗੇ ਪਰ ਅੱਜ ਅਸੀਂ ਬੀਚ ਵਗੈਰਾ ਤੇ ਜਾਵਾਂਗੇ ਹੋਪਫੁਲੀ ਤੇ ਹੁਣ ਬਸ ਚੱਲੇ ਹੈਗੇ ਹਾਂ ਥੱਲੇ ਖਾਣ ਦੇ ਲਈ ਐਂਡ ਬੱਚੇ ਥੱਲੇ ਚੱਲ ਗਏ ਹੈਗੇ ਆ ਡੈਡੀਜ਼ ਦੇ ਨਾਲ ਐਂਡ ਹੇਅਰ ਇਜ਼ ਨੀਲਮ ਐਂਡ ਅਮਨ ਐਂਡ ਹੇਅਰ ਇਜ਼ ਮਾਈ ਲਿਟਲ ਐਵੂ ਤੇ ਯਾ ਬਸ ਐਲੀਵੇਟਰ ਦੀ ਵੇਟ ਕਰ ਰਹੇ ਹਾਂ ਥੱਲੇ ਜਾਣ ਲਈ ਬੇਚਾਰੀ ਰਮਨ ਦਾ ਸਵੇਰ ਦੀ ਬ੍ਰੈਕਫਾਸਟ ਕਰਕੇ ਆਪਣੇ ਬੱਚਿਆਂ ਨੂੰ ਸਵਿਮਿੰਗ ਪੂਲ 'ਚ ਲਿਜਾ ਲਜੂ ਕੇ ਅਤੇ ਹੁਣ ਲੰਚ ਵੀ ਕਰਨ ਲੱਗ ਪਈ ਆ ਅਤੇ ਸਾਡੇ ਵਰਗੇ ਹੁਣ ਸੁੱਤੇ ਉੱਠੇ ਹੈਗੇ ਆ ਇਹ ਦੋਨੋਂ ਭੈਣਾਂ ਸਵੇਰ ਦੇ 5 ਵਜੇ ਪੂਲ ਜਾ ਕੇ ਜੰਪ ਕਰਨ ਡਈਆਂ ਸੀਗੀਆਂ ਕੱਪੜੇ ਪਾ ਕੇ ਓ ਮਾਈ ਗਾਡ ਐਂਡ ਦੇ ਹੈਡ ਅ ਗੁੱਡ ਟਾਈਮ ਐਂਡ ਯਾ ਆਈ ਗੈਸ ਦੈਟਸ ਵਾਟ ਸੋ ਅਸੀਂ ਬ੍ਰੈਕਫਾਸਟ ਵਗੈਰਾ ਕਰਕੇ ਆਪਣੀ ਸਪੇਸ ਸਾਰੀ ਬੁਕਿੰਗਸ ਵਗੈਰਾ ਕਰ ਲਈਆਂ ਹੈਗੀਆਂ ਕੱਲ੍ਹ ਅਸੀਂ ਜਾਵਾਂਗੇ ਸਟੇਰੀ ਦੇ ਵਿੱਚ ਅਤੇ ਹੁਣ ਰਾਤ ਦੇ ਵਜੇ ਹੈਗੇ ਆ ਯਾਰ ਨੂੰ ਕਿੰਨੇ ਅਤੇ ਅਸੀਂ ਆਏ ਸੀਗੇ ਅਤੇ ਬੀਚ 'ਤੇ ਬਹੁਤ ਸੋਹਣਾ ਆ ਇੱਥੇ ਇਸ ਵੇਲੇ ਪਾਣੀ ਬਹੁਤ ਜ਼ਿਆਦਾ ਨਿੱਘਾ ਹੈਗਾ ਆ ਇਟ ਇਜ਼ ਸੋ ਨਾਈਸ ਹੇਅਰ ਉਹ ਤੋਂ ਬੈਠੀਆਂ ਪਾਣੀ ਦੇ ਵਿੱਚ ਸੀਗੇ ਰਾਤ ਨੂੰ ਇੱਥੇ ਆਈ ਥਿੰਕ 6 ਵਜੇ ਰਾਤ ਦੇ ਪਰ ਹਨੇਰਾ ਹੋ ਚੁੱਕਾ ਆ ਉੱਥੇ ਬਾਜੇ ਬੁੱਜੇ ਵਜਾਉਂਦੇ ਆ ਉੱਥੇ ਵੀ ਅਸੀਂ ਜਾਵਾਂਗੇ ਤੇ ਇੱਥੇ ਬੀਚ ਤੇ ਬਹੁਤ ਜ਼ਿਆਦਾ ਸੋਹਣਾ ਆ ਇਸ ਵੇਲੇ ਪਾਣੀ ਬਹੁਤ ਨਿੱਘਾ ਆ ਹੁੰਦਾ ਪਿਆ ਹਨੇਰੇ ਦੇ ਵਿੱਚ ਇਹ ਬੰਦਾ ਡਰਦਾ ਆਉਂਦਾ ਹੀ ਨਹੀਂ ਪਿਆ ਐਂਡ ਯਾ ਸੋ ਸੋ ਨਾਈਸ ਹੇਅਰ ਸੋ ਅੱਜ ਅਸੀਂ ਨਾ ਕੁਛ ਖਾਸ ਨਹੀਂ ਕੀਤਾ ਹੈਗਾ ਹੁਣੀ ਅਸੀਂ ਬੀਚ ਵਗੈਰਾ ਤੇ ਗਏ ਸੀਗੇ ਤੇ ਹੁਣ ਵਾਪਸ ਉੱਪਰ ਆਏ ਸੀਗੇ ਨਹਾਉਣ ਤੇ ਹੁਣ ਨਾ ਨੂੰ ਕੇ ਵਾਪਸ ਥੱਲੇ ਚੱਲੇ ਹੈਗੇ ਆ ਡਿਨਰ ਕਰਨ ਦੇ ਲਈ ਹੇਅਰ ਇਜ਼ ਗੈਵਨ ਗੈਵਨ ਸੇ ਹਾਈ ਹਾਈ ਐਂਡ ਹੇਅਰ ਇਜ਼ ਐਵੂ ਵੇਅਰ ਇਜ਼ ਐਵੂ ਐਵੂ ਸੇ ਹਾਈ ਐਵਨ ਐਵਨ ਬਿਜ਼ੀ ਆ ਬਸ ਹੁਣ ਥੱਲੇ ਡਿਨਰ ਕਰਨ ਜਾਵਾਂਗੇ ਥੋੜ੍ਹਾ ਚਿੱਲ ਕਰਾਂਗੇ ਅਤੇ ਪਲਾਨ ਹੈ ਕਿ ਅੱਜ ਸਾਰਿਆਂ ਨੇ ਜਲਦੀ ਸੌ ਜਾਣਾ ਆ ਆਈ ਹੋਪ ਕਰਕੇ ਸਵੇਰ ਨੂੰ ਸਾਨੂੰ ਸਾਰਿਆਂ ਨੂੰ ਜਲਦੀ ਉੱਠਣਾ ਪੈਣਾ ਲਈ 6 ਵਜੇ ਕਰਕੇ ਸਾਡੀ ਬੱਸ ਇੱਥੋਂ 9 ਵਜੇ ਜਾਣੀ ਆ ਸੋ ਬ੍ਰੈਕਫਾਸਟ ਵਗੈਰਾ ਕਰਨਾ ਤਿਆਰ ਵਗੈਰਾ ਹੋਣਾ ਹੈਗਾ ਸੋ ਯਾ ਹੁਣ ਥੱਲੇ ਚੱਲਾਂਗੇ ਤਾਂ ਹੋਪਫੁਲੀ ਡਿਨਰ ਕਰਕੇ ਵਾਪਸ ਹੀ ਆ ਜਾਵਾਂਗੇ ਕਰਕੇ ਯੂ ਨੋ ਵਾਈ ਦ ਗਾਇਜ਼ ਯੂ ਨੈਵਰ ਨੋ ਵਟ ਦੇ ਅਪ ਟੂ ਸੋ ਯਾ ਸੀਗੇ 8 ਵਜ ਗਏ ਹੈਗੇ ਆ ਚੱਲੇ ਹੈਗੇ ਬ੍ਰੈਕਫਾਸਟ ਕਰਨ ਸਾਰੇ ਤਿਆਰ ਹੈਗੇ ਆ ਕਰਕੇ ਅੱਜ ਅਸੀਂ ਜਾਣਾ ਹੈਗਾ ਸੀਰੀ ਦਾ ਟੂਰ ਮਾਰਨ ਦੇ ਲਈ ਅਤੇ ਬ੍ਰੈਕਫਾਸਟ ਕਰਾਂਗੇ ਤਾਂ ਬਾਹਰੋਂ ਬਾਹਰ ਹੀ ਉੱਧਰ ਦੇ ਹੀ ਨਿਕਲ ਜਾਵਾਂਗੇ 9 ਵਜੇ ਸਾਡੀ ਬੱਸ ਨੂੰ ਸਾਨੂੰ ਪਿਕ ਕਰਨਾ ਹੈਗਾ ਆ ਐਂਡ ਯਾ ਅੱਜ ਬਹੁਤ ਸੋਹਣਾ ਦਿਨ ਆ ਬਹੁਤ ਧੁੱਪ ਨਿਕਲੀ ਹੋਈ ਆ ਪਿਛਲੇ 2 ਦਿਨ ਮੌਸਮ ਗਰਮੀ ਸੀਗੀ ਪਰ ਬੱਦਲ ਸੀਗਾ ਅੱਜ ਧੁੱਪ ਨਿਕਲੀ ਹੋਇਆ ਅੱਜ ਕੈਨ ਸੀ ਅਪ ਐਂਡ ਯਾ ਹੇਅਰ ਇਜ਼ ਗੈਵਨ ਐਂਡ ਅੰਜਲੀ ਸੇ ਹਾਈ ਰੋਹਨ ਸੇ ਹਾਈ Hi. And here's my little Evu. Oh, elevator Robbie. Here's Evu. Evu, say hi. And yeah, here's Neelam. Hi, YouTube. And yeah. So, ਅਸੀਂ ਜਲਦੀ ਜਲਦੀ ਵਿੱਚ ਬ੍ਰੈਕਫਾਸਟ ਕਰ ਲਿਆ ਸੀਗਾ ਹੁਣ ਸਾਡੀ ਬੱਸ ਬਸ ਤਿਆਰ ਆ ਹੁਣ ਬੱਸ ਦੇ ਵਿੱਚ ਬੈਠਾਂਗੇ ਤਾਂ ਜਾਵਾਂਗੇ ਘੁੰਮਣ ਤੇ ਅਤੇ ਉਹਨੂੰ ਕੀ ਕਹੀਦਾ ਆ ਅੱਜ ਲਾਈਕ ਆਈ ਸੈਡ ਅਰਲੀਅਰ ਬਹੁਤ ਸੋਹਣੀ ਧੁੱਪ ਆ ਬਾਹਰ ਅੱਜ ਸੋ 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 ਨਾਈਸ ਆਊਟ ਐਂਡ ਆਈ ਥਿੰਕ ਬੱਸ ਦੇ ਵਿੱਚ ਬਸ ਅਸੀਂ ਚੱਲੇ ਹਾਂ ਹੋਰ ਕਿਸੇ ਨੇ ਨਹੀਂ ਜਾਣਾ ਹੈਗਾ ਅਤੇ ਹੁਣ ਤੁਹਾਨੂੰ ਮਿਲਦੇ ਹੈਗੇ ਬੱਸ ਦੇ ਵਿੱਚ ਬਹਿ ਕੇ ਸੋ ਅਸੀਂ ਬੱਸ ਦੇ ਵਿੱਚ ਬਹਿ ਕੇ ਆ ਗਏ ਸੀਗੇ ਇਹ ਸਾਡਾ ਪਹਿਲਾ ਸਟੋਪ ਹੈਗਾ ਆ ਇੱਥੇ ਆਵਾਂਗੇ ਸਮ ਮੈਜ਼ਰ ਲੈਂਡ ਦਾ ਸਾਈਨ ਹੈਗਾ ਤਾਂ ਇੱਥੇ ਅਸੀਂ ਫੋਟੋਆਂ ਵਗੈਰਾ ਖਿੱਚ ਸਕਦੇ ਹਾਂ And Evu, Evu, this way. Gavin da. But that is photo kitchen nahi aaye hage sign de samne ta fir is to assi agge jaawange. Ta it's going to be a nice day. Bahut dhupp hai ajj. Bahut sona din aa. So eh sign hai ga Mazat Land da. Jithe sare photo mak chonde aan ke. Some of the monuments
ਬਸ ਲੈਣੀ ਸਰ ਰਿਫਲੈਕਟ ਇਹ ਸਾਡੀ ਬਸ ਹੈਗੀ ਜਿਹ ਚ ਅਸੀਂ ਬੈ ਕੇ ਸਰ ਟਰੈਵਲ ਕਰ ਰਹੇ ਹਾਂ ਵਧੀਆ ਬਹੁਤ ਜ਼ਿਆਦਾ ਕਰ ਰਹੀ ਆ ਸੋ ਆ ਲੋਕਲ ਦੁਕਾਨਾਂ ਜਿਹੜਾ ਇੰਡੀਆ ਹੁੰਦੀਆਂ ਆਪਣੀਆਂ ਬਾਹਰ ਇਹਨਾਂ ਨੇ ਲਾਈਆਂ ਹੋਈਆਂ ਆ ਖਾਣ ਪੀਣ ਦਾ ਸਮਾਨ ਇੱਥੇ ਘਰ ਘੁਰ ਸਾਰੇ ਇੰਡੀਆ ਵਰਗੇ ਹੀ ਆ ਦੂਜੇ ਆਪਣੇ ਆ ਕੀ ਉਹਨੂੰ ਕਹੀਦਾ ਆ ਵਾਟ ਯੂ ਕਾਲ ਬ੍ਰਿਕਸ ਇੱਟਾਂ ਦੇ ਘਰ ਆ ਮੈਨੂੰ ਲੱਗਦਾ ਮੈਂ ਇੰਡੀਆ ਆ ਗਈ ਆ ਸੋ ਅਸੀਂ ਆਏ ਹੈਗੇ ਇਹਨਾਂ ਦੀ ਚਰਚ ਦੇਖਣ ਲਈ ਬਹੁਤ ਫੇਮਸ ਚਰਚ ਹੈ ਇੱਥੇ ਦੀ ਤੇ ਫਿਰ ਬਾਅਦ 'ਚ ਇੱਥੇ ਅਸੀਂ ਸ਼ਾਪਿੰਗ ਕਰਾਂਗੇ ਤਾਂ ਬਾਹਰ ਦੁਕਾਨਾਂ ਦੁਕਾਨਾਂ ਬਹੁਤ ਲੱਗੀਆਂ ਹੈਗੀਆਂ ਆ वाहेगुरु जी आ ਸੋ ਇਹ ਇਹਨਾਂ ਦੀ ਚਰਚ ਆ ਇੱਥੇ ਮੇਨ ਵਾਹਿਗੁਰੂ ਕਰ ਦਿਉ ਐਵ ਵਾਹਿਗੁਰੂ ਕਰ ਦਿਉ ਵਾਹਿਗੁਰੂ ਕਰ ਲਓ ਸੋ ਇਹਨਾਂ ਦੀ ਚਰਚ ਹੈ ਇਟਸ ਰੀਅਲੀ ਨਾਈਸ ਹੇਅਰ ਗੈਵੀ ਨੇ ਸਿਰ 'ਤੇ ਟੋਪੀ ਲਈ ਸੀ ਉਹ ਕਹਿੰਦੇ ਟੋਪੀਆਂ ਲਾਵੋ ਆਪਣੀਆਂ ਸਿਰ ਨਹੀਂ ਢੱਕ ਸਕਦੇ ਸੋ ਇਹ ਇਹਨਾਂ ਦੀ ਲੋਕਲ ਮਾਰਕੀਟ ਹੈਗੀ ਆ ਸ਼ੋਪਿੰਗ ਕਰਨ ਲਈ ਇੱਥੇ ਵੀ ਇੰਡੀਆ ਵਾਂਗੂ ਬਾਹਰ ਖੜ੍ਹੇ ਆ ਤਾਂ ਬਾਜਾ ਮਾਰ ਰਿਹਾ ਆ ਜਾਓ ਆ ਜਾਓ ਆ ਜਾਓ ਆ ਜਾਓ ਐਂਡ ਯਾ ਸੋ ਸਾਡੇ ਕੋਲ ਘੰਟਾ ਹੈਗਾ ਇੱਥੇ ਸ਼ੋਪਿੰਗ ਕਰਨ ਲਈ ਪਰ ਇਹ ਮੋਸਟਲੀ ਸਪੈਨਿਸ਼ ਬੋਲਦੇ ਆ ਸਾਨੂੰ ਸਮਝ ਨਹੀਂ ਆਉਂਦੀ ਪਰ ਦੇਖਦੇ ਹਾਂ ਆਮ ਚੀਜ਼ਾਂ ਮਹਿੰਗੀਆਂ ਦਿੰਦੇ ਆ ਅਮੈਰੀਕਨ ਡਾਲਰ 'ਚ ਦਿੰਦੇ ਆ ਸੋ ਸਸਤਾ ਨਹੀਂ ਗਾ ਇੰਨਾ ਠੀਕ ਆ ਇਟਸ ਨਾਈਸ ਹੇਅਰ ਐਵਨ ਐਵਨ ਕਮ ਔਨ ਇੱਥੇ ਸਾਰੀਆਂ ਸਪਾਈਸਿਸ ਵੇਚਦੇ ਆ ਆ ਮੈਨੂੰ ਪਤਾ ਨਹੀਂ ਕੀ ਆ ਆ ਵੀ ਨਹੀਂ ਪਤਾ ਕੀ ਆ ਸਨਫਲਾਵਰ ਆ ਜਿੱਦਾਂ ਮੇਥੀ ਹੁੰਦੀ ਆਮ ਨਾਟ ਸ਼ੋਰ ਇੱਧਰ ਸਾਰੀਆਂ ਉੱਧਰ ਸਾਰੀਆਂ ਸਬਜ਼ੀਆਂ ਸੁਬਜ਼ੀਆਂ ਵੇਚਦੇ ਆ ਇੱਧਰ ਸਾਰੀਆਂ ਸਪਾਈਸਿਸ ਵੇਚਦੇ ਆ ਹੇਅਰਸ ਐਵੂ ਐਵੂ ਸੇ ਹਾਈ ਬਹੁਤ ਜ਼ਿਆਦਾ ਗਰਮੀ ਆ ਇੱਧਰ ਫਰੂਟ ਵਗੈਰਾ ਆ ਜਲੰਧਰ ਹੈਗਾ ਨਾ ਆਪਣਾ ਉਹ ਰੈਨਕ ਬਾਜ਼ਾਰ ਉੱਦਾਂ ਹੀ ਆ ਸਬਜ਼ੀਆਂ ਸੁਬਜ਼ੀਆਂ ਸੋ ਅਸੀਂ ਸ਼ੋਪਿੰਗ ਕਰ ਰਹੇ ਸੀਗੇ ਅਤੇ ਇੱਥੇ ਬਹੁਤ ਜ਼ਿਆਦਾ ਗਰਮੀ ਆ ਅੱਜ ਬਹੁਤ ਜ਼ਿਆਦਾ ਮੈਨੂੰ ਤਾਂ ਸੱਚੀ ਵਿੱਚ ਵਿੱਚ ਫੀਲ ਇੱਦਾਂ ਹੁੰਦਾ ਕਿ ਮੈਂ ਨਾ ਇੰਡੀਆ 'ਚ ਘੁੰਮ ਰਹੀ ਹਾਂ ਆਈ ਰੀਅਲੀ ਮਿਸ ਇੰਡੀਆ ਮੈਂ ਬਹੁਤ ਬਹੁਤ ਚਾਹੁੰਦੀ ਆਪਣੇ ਬੱਚਿਆਂ ਨੂੰ ਇੰਡੀਆ ਲੈ ਕੇ ਜਾਣਾ ਹੋਪਫੁਲੀ ਅਸੀਂ ਅਗਲੇ ਸਾਲ ਜਾਵਾਂਗੇ ਪੱਕਾ ਇੰਡੀਆ ਵੀ ਅਤੇ ਲਾਈਕ ਆਈ ਸੈਡ ਇਟਸ ਨਾਈਸ ਹੇਅਰ ਆਈ ਲਾਈਕ ਮੈਨੂੰ ਨਾ ਇੱਦਾਂ ਦੀ ਜ਼ਿੰਦਗੀ ਜ਼ਿਆਦਾ ਚੰਗੀ ਲੱਗਦੀ ਆ ਯੂ ਨੋ ਸਾਡੇ ਉੱਥੇ ਤਾਂ ਬਸ ਕੰਮ ਕਰੀ ਜਾਵੋ ਘਰਾਂ ਨੂੰ ਆ ਜਾਓ ਘਰ ਦੇ ਕੰਮ ਕਰ ਲਓ ਕੰਮ ਤਾਂ ਚੱਲ ਜਾਓ ਘਰੇ ਆ ਜਾਓ ਘਰ ਦੇ ਕੰਮ ਕਰ ਲਓ ਨਿਆਣੇ ਸੰਭਾਲ ਲਓ ਦੈਟਸ ਆਲ ਬਟ ਆਈ ਲਾਈਕ ਦਿਸ ਕਾਈਂਡ ਆਫ ਲਾਈਫ ਇਟਸ ਨਾਈਸ ਅਸੀਂ ਹੁਣ ਲੰਚ ਕਰਨ ਆਏ ਸੀਗੇ ਸਾਡੀ ਟ੍ਰਿਪ ਦੇ ਵਿੱਚ ਲੰਚ ਇੰਕਲੂਡਿਡ ਸੀਗਾ ਬਹੁਤ ਸੋਹਣੀ ਜਗ੍ਹਾ 'ਤੇ ਆਏ ਹੈਗੇ ਹਾਂ ਸਾਨੂੰ ਮੈਂ ਦਿਖਾਉਂਦੀ ਹਾਂ ਸੋ ਨਾਈਸ ਪਾਣੀ ਦੇ ਲਾਗੇ ਹੈਗਾ ਆ ਇੱਥੇ ਹਵਾ ਬਹੁਤ ਸੋਹਣੀ ਆ ਰਹੀ ਹੈ ਕਿਉਂਕਿ ਬਹੁਤ ਜ਼ਿਆਦਾ ਨਾ ਗਰਮੀ ਸੀਗੀ ਐਂਡ ਯੂ ਕੈਨ ਸੀ ਦਾ ਬੈਕ ਅੱਜ ਦਿਨ ਵੀ ਬਹੁਤ ਸੋਹਣਾ ਆ ਅੱਜ ਚੰਗੀ ਤਰ੍ਹਾਂ ਜਾ ਕੇ ਇੰਜੋਏ ਕੀਤਾ ਹੈਗਾ ਆ ਕਿਉਂਕਿ ਪਿਛਲੇ 2 ਦਿਨਾਂ ਦੇ ਤਾਂ ਅਸੀਂ ਹੋਟਲ 'ਚ ਬੈਠੇ ਸੀਗੇ ਹੋਟਲ 'ਚ ਬਹਿਣਾ ਵੀ ਵਧੀਆ ਆ ਪਰ ਬਾਹਰ ਨਿਕਲ ਕੇ ਵੀ ਵਧੀਆ ਮੈਨੂੰ ਸੀਗਾ ਕਿ ਮੈਂ ਬਾਹਰ ਨਿਕਲ ਕੇ ਦੇਖਾਂ ਕਿ ਇੱਥੇ ਕਿੱਦਾਂ ਦੇ ਘਰ ਆ ਯੂ ਨੋ ਕਿੱਦਾਂ ਦੀ ਇੱਥੇ ਲਾਈਫ ਹੈਗੀ ਆ ਸੋ ਇਟਸ ਪ੍ਰੀਟੀ ਮੱਚ ਲਾਈਕ ਇੰਡੀਆ ਇਟਸ ਰੀਅਲੀ ਨਾਈਸ ਹੇਅਰ ਆਈ ਰੀਅਲੀ ਲਾਈਕ ਇਟ ਹੇਅਰ ਲੰਚ ਸਾਡਾ ਹੋ ਗਿਆ ਸੀਗਾ ਜੋ ਖਾਣ ਦੇ ਵਿੱਚ ਇੰਨਾ ਸਵਾਦ ਨਹੀਂ ਸੀਗਾ ਪਰ ਐਨੀਵੇਜ਼ ਖਾ ਲਿਆ ਮਾਰਾ ਮੋਟਾ ਅਤੇ ਹੁਣ ਬਾਹਰ ਥੋੜ੍ਹੀ ਜਿਹੀ ਦੁਕਾਨ ਜੀ ਲੱਗੀ ਆ ਇੱਥੇ ਦੇਖਦੇ ਪਏ ਆ ਅਤੇ ਹੁਣ ਅਸੀਂ ਜਾਵਾਂਗੇ ਇੱਕ ਹੋਰ ਸ਼ੋਪਿੰਗ ਕਰਨ ਲਈ ਇੱਕ ਹੋਰ ਜਗ੍ਹਾ ਹੈਗੀ ਉੱਥੇ ਚੱਲੇ ਹੈਗੇ ਹਾਂ ਸੋ ਨਾਈਸ ਹੇਅਰ ਐਂਡ
धुप बहुत ज्यादा है, गर्मी भी है, पर पानी के लागे हवा सोहनी वग रही है। Here's my kids. Here's Gavin. Gavin, say hi. Here's Evan. Come on, run! Yeah, can. Car just asked the Queen Diana Munguia. Chachu. शॉपिंग करना है ये थोड़ी जी मॉडर्न दुकाना है जिते पहला गए थे वो जिदा पुरानी दुकाना सगिया यह आम यू नो ज्वेलरी वगैरह हैगी इन्ना बिजी नहीं गए इट्स रियली सेफ हियर वेरी वेरी नाइस हियर ते हुण बस इत्थे घंटा घूमांगे देखांगे इत्थे की कुछ हैगा की कुछ नहीं हैगा एंड या गैवन नूं गर्मी लगती अपने बापू की टोपी ला के खुद पा ली है सो असीं अपनी आउटिंग तो आ गए सीगे ते बहुत गर्मी लग रही सी आन के सारे ने अपने बेयरिंग्स वगैरह चेंज किया तो हुण सारे ने पूल च जंप किया हुआ है एंड मैं भी चली हैगी हाँ ते गैवन जा चुका है हुण एवन भी चला है एवन इज गेटिंग रेडी टू गो एवन यू वांट टू गो स्विमिंग ओके So we're gonna go swimming now. And yeah, आज दिन सोना है पानी भी कोसा है पिछले दो दिन तो दिन थोड़ा हवा से की था पानी थोड़ा ठंडा सी पर आज वधिया आया Gavin is it fun? Okay. So yeah, असी पूल दे बाचो अपने रूम से जाके चेंज किया कवर वगैरह ले आया तो हम आई है थले डिनर करन दे लई बहुत थक हो गया We're so tired. तो सवेर नू फिर तो जल्दी उठना हैगा आ क्योंकि सवेर नू असी एक होर एक्टिविटी करनी हैगी आ तो मेरे बच्चे तो बेचारे बहुत थके पे हुए गैवन तो सो गया असी मसी कितने ठाक थले लैके आता है डिनर करने के लिए एंड हम एवन सो गया है पहला गैवन सुता सी हूँ एवन सो गया है सो या मेरे हसबैंड ऑलरेडी थले आ चुके से बच्चे लैके तो मैं तो मेरे फ्रेंड के हसबैंड थले आ रहे थे एंड ऑल ऑफ द सडन सू हिंदी गाना सुने एंड वर्ड लाइक हिंदी गाने कितने बजते हैं जब देखिए उत्तर परफॉर्मेंस हो रही थी ओ माय गॉड आई वाज सो हैप्पी कि हिंदी गाना बज रहा है मैं तो हसबैंड को कहा मैं क्या चल जाके नचिए और मैं कहता मैं नहीं नचना मैं कुड़िया कितने मेरिया जो मेरी कुड़िया होंगे तो अभी डेफिनेटली नच के आदियाँ इट वाज सो नाइस I was so happy when Hindi gana suniya. I love Hindi music. So si dinner kare wapas aa gaye si room de vich te hun bacche hage 10:15 ta si so jana hega ya. Bacche halle vi Neelam de room de vich ghum rahe ya kadi idhar kadi udhar. Par inhanu sala de karke savere sanu uthna hega 6 baje. Te yeah, we had a really nice day today. Hun assi tuhanu milange kal lo. Bye now.